ਬਹੁਤ ਹੀ ਸੋਹਣਾ ਇਹ ਪੈਲਸ ਬਣਿਆ ਹੋਇਆ ਜੀ। ਤੁਸੀਂ ਇਹਨਾਂ ਗੇਟਸ ਉੱਪਰ ਦੇਖ ਸਕਦੇ ਹੋ ਕਿੰਨੀ ਸੋਹਣੀ ਮੀਨਾਕਾਰੀ ਕੀਤੀ ਹੋਈ ਹੈ, ਡਿਜ਼ਾਈਨਸ ਬਣਾਏ ਹੋਏ ਨੇ। ਅਰੇ ਬਹੁਤ ਹੀ ਸਪੇਸ਼ੀਅਸ, ਬਹੁਤ ਹੀ ਆਲੀਸ਼ਾਨ ਇਹ ਸਿਟੀ ਪੈਲਸ ਬਣਿਆ ਹੋਇਆ ਜੀ ਜੈਪੁਰ। ਜਦੋਂ ਵੀ ਤੁਸੀਂ ਆਓ ਤਾਂ ਇਸ ਸਿਟੀ ਪੈਲਸ ਨੂੰ ਦੇਖਣਾ ਨਾ ਭੁੱਲਿਓ ਜੀ। ਭਾਈ ਸਤਿ ਸ਼੍ਰੀ ਅਕਾਲ ਜੀ, ਮੈਂ ਸਪ੍ਰੀਤ ਸਿੰਘ, ਮੈਂ ਜੋਤ ਕੌਰ, ਮੈਂ ਪ੍ਰਸਦੀਪ ਸਿੰਘ ਜੀ, ਤੁਹਾਡਾ ਸਾਰਿਆਂ ਦਾ ਪ੍ਰਿੰਸ ਪੰਜਾਬੀ ਟਰੈਵਲਰ ਚੈਨਲ ਤੇ ਸਵਾਗਤ ਕਰਦੇ ਹਾਂ ਜੀ। ਅੱਜ ਆਪਾਂ ਵਿਜ਼ਿਟ ਕਰਨ ਆਏ ਹਾਂ ਜੈਪੁਰ ਦੀ ਸ਼ਾਨ ਹਵਾ ਮਹਿਲ ਨੂੰ। ਅੱਜ ਆਪਾਂ ਇਸ ਨੂੰ ਪੂਰਾ ਵਿਜ਼ਿਟ ਕਰਾਂਗੇ, ਇਸ ਦੀ ਕੀ ਇਨਫੋਰਮੇਸ਼ਨ ਹੈ, ਕੀ ਹਿਸਟਰੀ ਹੈ, ਸਾਰਾ ਫਾਇੰਡ ਕਰਾਂਗੇ, ਕੀ ਟਿਕਟ ਪ੍ਰਾਈਸਸ ਨੇ, ਉਹਨਾਂ ਨੂੰ ਆਪਾਂ ਐਕਸਪਲੋਰ ਕਰਾਂਗੇ। ਤੇ ਆਓ ਹੁਣ ਆਪਾਂ ਚੱਲਦੇ ਹਾਂ ਹਵਾ ਮਹਿਲ ਦੇ ਅੰਦਰ ਨੂੰ ਜੀ। ਬਣੇ ਰਹੋ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ। ਆਓ ਚੱਲਦੀ ਹੈ ਜੀ ਹੁਣ ਆਪਾਂ ਹਵਾ ਮਹਿਲ ਦੇ ਅੰਦਰ ਨੂੰ ਜੀ। ਤੁਸੀਂ ਦੇਖ ਸਕਦੇ ਹੋ ਹਵਾ ਮਹਿਲ ਦੇ ਬਾਹਰ ਬਹੁਤ ਵੱਡੀ ਮਾਰਕੀਟ ਬਣੀ ਹੋਈ ਹੈ ਜੀ। ਇਹ ਹੈ ਜੀ ਰੋਡ, ਉਸ ਸਾਈਡ ਵੀ ਮਾਰਕੀਟ ਬਣੀ ਹੋਈ ਹੈ ਜੀ। ਆਓ ਹੁਣ ਆਪਾਂ ਚੱਲਦੇ ਹਾਂ ਹਵਾ ਮਹਿਲ ਦੇ ਅੰਦਰ ਨੂੰ ਜੀ, ਅਸੀਂ ਟਿਕਟ ਲੈਣੇ ਆ ਹਵਾ ਮਹਿਲ ਦੀ ਜੀ। ਇਹਦੀ ਓਪਨਿੰਗ ਟਾਈਮਿੰਗ ਹੈ ਜੀ 9 AM। ਹਵਾ ਮਹਿਲ ਦੀ ਬਹੁਤ ਸੋਹਣੀ ਬਿਲਡਿੰਗ ਇਹ ਬਣੀ ਹੋਈ ਹੈ। ਹਵਾ ਮਹਿਲ ਦੀ ਐਂਟਰੀ ਕਾਫੀ ਤੰਗ ਹੈ ਜੀ ਤੇ ਕਾਫੀ ਪੁਰਾਣੇ ਸਟਾਈਲ ਦੀ ਹੈ। ਇੱਧਰ ਤੁਸੀਂ ਦੇਖ ਸਕਦੇ ਹੋ ਥੋੜ੍ਹੀ ਸਫਾਈ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿਉਂਕਿ ਇੰਨੀ ਫੇਮਸ ਬਿਲਡਿੰਗ ਹੈ ਜੈਪੁਰ ਦੀ, ਫੇਮਸ ਸਪੋਟ ਹੈ। ਆਓ ਚੱਲਦੀ ਹੈ ਜੀ ਹੁਣ ਆਪਾਂ ਟਿਕਟ ਲੈਂਦੇ ਹਾਂ। ਸਾਹਮਣੇ ਆਪਾਂ ਦੇਖ ਸਕਦੇ ਹਾਂ ਹਵਾ ਮਹਿਲ ਦੇ ਅੰਦਰ ਬਣਿਆ ਹੋਇਆ ਜੀ ਗੋਵਰਧਨ ਨਾਥ ਜੀ ਦਾ ਮੰਦਿਰ ਜੀ। ਵੇ ਟੂ ਹਵਾ ਮਹਿਲ, ਤੁਸੀਂ ਦੇਖ ਸਕਦੇ ਹੋ ਰਸਤਾ ਉਸੇ ਤਰ੍ਹਾਂ ਪੁਰਾਣਾ ਹੈ ਜੀ, ਕਾਫੀ ਦਰਵਾਜ਼ੇ ਆਪਾਂ ਦੇਖ ਸਕਦੇ ਹਾਂ। ਜਿਹੜੇ ਹਵਾ ਮਹਿਲ ਵਿੱਚ ਆਪਾਂ ਘੁੰਮ ਰਹੇ ਹਾਂ ਜੀ, ਇਹਨੂੰ ਬਿਨਾਂ ਨੀਹਾਂ ਤੋਂ ਤਿਆਰ ਕੀਤਾ ਗਿਆ ਸੀ। ਤੁਸੀਂ ਸੋਚ ਸਕਦੇ ਹੋ ਕਿ ਇਹ ਸਾਰੀ ਬਿਲਡਿੰਗ ਬਿਨਾਂ ਨੀਹਾਂ ਤੋਂ ਤਿਆਰ ਹੋਈ ਸੀ। ਇਹ ਬਣਿਆ ਹੋਇਆ ਜੀ ਹਵਾ ਮਹਿਲ ਦਾ ਟਿਕਟ ਕਾਊਂਟਰ, ਤੁਸੀਂ ਸਕੈਨ ਕਰਕੇ ਵੀ ਟਿਕਟ ਲੈ ਸਕਦੇ ਹੋ। ਤੇ ਇੰਡੀਅਨ ਅਡਲਟ ਦੀ ਟਿਕਟ 52 ਰੁਪੀਸ ਹੈ ਜੀ। ਇਹ ਬਣਿਆ ਹੋਇਆ ਜੀ ਟਿਕਟ ਕਾਊਂਟਰ। ਆਓ ਜੀ ਹੁਣ ਆਪਾਂ ਚੱਲਦੇ ਹਾਂ ਹਵਾ ਮਹਿਲ ਦੇ ਅੰਦਰ ਨੂੰ ਜੀ। ਤੁਸੀਂ ਇੱਧਰ ਪੜ੍ਹ ਸਕਦੇ ਹੋ ਹਵਾ ਮਹਿਲ ਦਾ ਛੋਟਾ ਜਿਹਾ ਹਿਸਟਰੀ। ਇਹ ਸਟੇਅਰਸ ਨੇ ਜੀ ਹਵਾ ਮਹਿਲ ਦੇ ਉੱਪਰ ਚੜ੍ਹਨ ਨੂੰ ਜੀ, ਕਾਫੀ ਖੁੱਲ੍ਹਾ ਇੱਧਰ ਏਰੀਆ ਬਣਿਆ ਹੋਇਆ। ਇਸ ਸਾਈਡ ਵਾਸ਼ਰੂਮਸ ਬਣੇ ਹੋਏ ਨੇ। ਇੱਥੇ ਜੀ ਟਿਕਟ ਚੈੱਕ ਹੁੰਦੀ ਹੈ ਹਵਾ ਮਹਿਲ ਦੇ ਵਿੱਚ ਐਂਟਰ ਹੋਣ ਸਮੇਂ। ਹੁਣ ਆਪਾਂ ਐਂਟਰ ਹੋ ਚੁੱਕੇ ਹਾਂ ਜੀ ਹਵਾ ਮਹਿਲ ਦੇ ਅੰਦਰ, ਹੁਣ ਆਪਾਂ ਇਸ ਦੀ ਸਾਰਾ ਐਕਸਪਲੋਰ ਕਰਾਂਗੇ ਤੇ ਇਹਦੀ ਹਿਸਟਰੀ ਨੂੰ ਜਾਣਾਂਗੇ।
ਇਸ ਸਾਈਡ ਬਣਿਆ ਹੋਇਆ ਜੀ ਵੈਲ ਪੁਰਾਣਾ ਖੂਹ। ਪਾਣੀ ਖਿੱਚਣ ਲਈ ਜੀ ਉਵੇਂ ਬਣਾਇਆ ਹੋਇਆ ਖੂਹ ਦੇ ਉੱਪਰ ਜੀ ਲਗਾਇਆ ਹੋਇਆ। ਆਓ ਜੀ ਹੁਣ ਆਪਾਂ ਚੱਲਦੇ ਹਾਂ ਇਸ ਦੇ ਅੰਦਰ ਜੀ। ਤੁਸੀਂ ਦੇਖ ਸਕਦੇ ਹੋ ਕਾਫੀ ਮੂਰਤੀਆਂ ਬਣਾਈਆਂ ਹੋਈਆਂ ਨੇ ਜੀ ਭਗਵਾਨ ਜੀ ਦੀਆਂ। ਆਓ ਚੱਲੀਏ ਹੁਣ ਆਪਾਂ ਐਂਟਰ ਹੋ ਚੁੱਕੀ ਹੈ ਜੀ ਹਵਾ ਮਹਿਲ ਦੇ ਅੰਦਰ ਜੀ। ਇਸ ਦੇ ਵਿੱਚ ਕੁੱਲ 953 ਵਿੰਡੋਜ਼ ਜਿਨ੍ਹਾਂ ਨੂੰ ਚਰੋਖੀ ਕਿਹਾ ਜਾਂਦਾ ਹੈ ਲੱਗੀਆਂ ਹੋਈਆਂ ਨੇ ਜੀ। ਇਹਦੇ ਤਿੰਨ ਫਲੋਰ ਚਾਰ ਫਲੋਰ ਨੇ। ਹੁਣ ਆਪਾਂ ਹੈਗੇ ਹਾਂ ਜੀ ਗਰਾਊਂਡ ਫਲੋਰ ਦੇ ਉੱਪਰ। ਸੈਂਟਰ ਦੇ ਵਿੱਚ ਫਾਊਂਟੇਨ ਦੇ ਲਈ ਸਪੇਸ ਹੈ। ਉਸ ਸਾਈਡ ਤੁਸੀਂ ਹਵਾ ਮਹਿਲ ਨੂੰ ਦੇਖ ਸਕਦੇ ਹੋ, ਚਰੋਖੀ ਦੇਖ ਸਕਦੇ ਹੋ। ਹੁਣ ਆਪਾਂ ਚਲਦੇ ਹਾਂ ਜੀ ਹਵਾ ਮਹਿਲ ਦੇ ਨੈਕਸਟ ਫਲੋਰ ਦੇ ਉੱਪਰ ਜੀ। ਇਸ ਸਾਈਡ ਤੋਂ ਸਟੇਅਰਸ ਲੱਗੀਆਂ ਹੋਈਆਂ ਨੇ, ਆਪਾਂ ਚਲਦੇ ਹਾਂ। ਆਓ ਜੀ ਹੁਣ ਆਪਾਂ ਦੇਖਦੇ ਹਾਂ ਚਰੋਖੇ ਜਿਨ੍ਹਾਂ ਨੂੰ ਆਪਾਂ ਐਜ਼ ਅ ਵਿੰਡੋਜ਼ ਕਹਿੰਦੇ ਹਾਂ। ਅਤੇ ਕੁਛ ਛੋਟੀ ਛੋਟੀਆਂ ਵਿੰਡੋਜ਼ ਬਣੀਆਂ ਹੋਈਆਂ ਨੇ। ਇੱਥੋਂ ਜਿਹੜੀਆਂ ਉਸ ਸਮੇਂ ਰਾਣੀਆਂ ਹੁੰਦੀਆਂ ਸਨ ਉਹ ਥੱਲੇ ਹੁੰਦਾ ਕੋਈ ਵੀ ਸਮਾਗਮ ਦੇਖ ਸਕਦੀਆਂ ਸਨ, ਪਰ ਰਾਣੀਆਂ ਨੂੰ ਕੋਈ ਨਹੀਂ ਦੇਖ ਸਕਦਾ ਸੀ ਕਿਉਂਕਿ ਇਹਨਾਂ ਅੱਗੇ ਪਰਦੇ ਲਗਾਏ ਹੁੰਦੇ ਸਨ। ਦੇਖ ਸਕਦੇ ਹਾਂ ਜੀ ਤੁਸੀਂ ਤੁਸੀਂ ਇਹਨਾਂ ਦੇ ਵਾਲਸ ਪਿਲਰਸ ਦੇਖ ਸਕਦੇ ਹੋ। ਇੱਥੇ ਝੂਲੇ ਟੰਗਣ ਲਈ ਜਿਹੜੇ ਨੇਲਸ ਨੇ ਕੁੰਡੇ ਲਗਾਏ ਹੋਏ ਨੇ ਜੀ। ਇਸ ਸਾਈਡ ਤੋਂ ਵੀ ਜੀ ਸਟੇਅਰਸ ਜਾਂਦੀਆਂ ਨੇ। ਚੱਲਦੇ ਹਾਂ ਆਪਾਂ ਉੱਪਰ ਨੂੰ। ਬਹੁਤ ਵਧੀਆ ਇਹ ਬਿਲਡਿੰਗ ਬਣੀ ਹੋਈ ਹੈ ਜੀ ਹਵਾ ਮਹਿਲ ਦੀ। ਹਵਾ ਮਹਿਲ ਦੇ ਵਿੱਚ ਪੌੜੀਆਂ ਕਾਫੀ ਟਾਈਟ ਨੇ ਜੀ, ਤੁਸੀਂ ਦੇਖ ਸਕਦੇ ਹੋ। ਹੁਣ ਆਪਾਂ ਪਹੁੰਚੇ ਹਾਂ ਜੀ ਸੈਕਿੰਡ ਫਲੋਰ ਦੇ ਉੱਪਰ ਹਵਾ ਮਹਿਲ ਦੇ। ਹਵਾ ਮਹਿਲ ਦਾ ਡਿਜ਼ਾਈਨ ਇਸ ਤਰ੍ਹਾਂ ਤਿਆਰ ਕੀਤਾ ਹੋਇਆ ਜੀ ਫਰੰਟ ਤੋਂ ਜਿਵੇਂ ਕ੍ਰਿਸ਼ਨ ਜੀ ਦਾ ਮੁਕਟ ਸੀ ਹਵਾ ਮਹਿਲ ਦਾ। ਜਦੋਂ ਤੁਸੀਂ ਇੱਥੇ ਆਓ ਤਾਂ ਤੁਸੀਂ ਇਸ ਜਗ੍ਹਾ ਨੂੰ ਵਿਜ਼ਿਟ ਕਰਨਾ ਨਾ ਭੁੱਲਿਓ ਜੀ, ਇੰਪੋਰਟੈਂਟ ਪਲੇਸ ਹੈ ਇਹ। ਹਵਾ ਮਹਿਲ ਦੇ ਵਿੱਚ ਹੀ ਆਪਾਂ ਲਾਈਵ ਮਿਊਜ਼ੀਅਮ ਦਾ ਆਨੰਦ ਵੀ ਮਾਣ ਸਕਦੇ ਹਾਂ ਜੀ। ਤੁਸੀਂ ਦੇਖ ਸਕਦੇ ਹੋ ਥੱਲੇ ਲਾਈਵ ਮਿਊਜ਼ਿਕ ਵੱਜ ਰਿਹਾ ਜੀ। ਹੁਣ ਜੀ ਤੁਹਾਨੂੰ ਚਰੋਖੀ ਦਿਖਾਉਂਦੇ ਹਾਂ, ਤੁਸੀਂ ਵਿੰਡੋਜ਼ ਨਾਲ ਦੇਖ ਸਕਦੇ ਹੋ। ਇਸ ਸਾਈਡ ਤੋਂ ਰਾਣੀਆਂ ਸਾਰਾ ਸਮਾਗਮ ਦੇਖ ਸਕਦੀਆਂ ਸਨ, ਜਾਂ ਕੋਈ ਜਲੂਸ ਹੁੰਦਾ ਸੀ ਥੱਲੇ ਉਹ ਵੀ ਦੇਖ ਸਕਦੀਆਂ ਸਨ। ਜਿਹੜੇ ਆਪਾਂ ਫਸਟ ਫਲੋਰ ਤੇ ਹੁਣ ਆਏ ਹਾਂ ਇਸ ਦਾ ਨਾਮ ਹੈ ਜੀ ਰਤਨ ਮੰਦਿਰ। ਏਦਾਂ ਦੇ ਚਾਰ ਫਲੋਰ ਦੇ ਵਿੱਚ ਹਵਾ ਮਹਿਲ ਨੂੰ ਡਿਵਾਈਡ ਕੀਤਾ ਹੋਇਆ ਜੀ, ਜਿਨ੍ਹਾਂ ਦੇ ਅਲੱਗ ਅਲੱਗ ਨਾਮ ਨੇ ਜੀ। ਆਓ ਜੀ ਹੁਣ ਆਪਾਂ ਨੈਕਸਟ ਫਲੋਰ ਤੇ ਚੱਲਦੇ ਹਾਂ ਤੇ ਜਿਹੜੇ 953 ਚਰੋਖੇ ਇੱਥੇ ਬਣੇ ਹੋਏ ਨੇ ਉਹਨਾਂ ਨੂੰ ਆਪਾਂ ਉੱਪਰ ਤੋਂ ਦੇਖਦੇ ਹਾਂ ਜੀ। ਆਓ ਚਲੀਏ ਜੀ। ਇਹ ਜੀ ਚਰੋਖੇ ਹਰ ਜਗ੍ਹਾ ਤੁਹਾਨੂੰ ਚਰੋਖੇ ਦੇਖਣ ਨੂੰ ਮਿਲਣਗੇ ਇਸ ਹਵਾ ਮਹਿਲ ਦੇ ਵਿੱਚ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ,
ਚੈਨਲ ਤੇ ਜੇਕਰ ਤੁਸੀਂ ਨਵੇਂ ਹੋ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ। ਰੁਕ ਜਾਓ, ਡੈਡੀ ਫੋਨ ਨਹੀਂ ਦੋ। ਹੁਣ ਆਪਾਂ ਪਹੁੰਚੇ ਹਾਂ ਜੀ ਨੈਕਸਟ ਫਲੋਰ ਦੇ ਉੱਪਰ, ਹਵਾ ਮਹਿਲ ਦੇ ਜੀ। ਲੱਖਾਂ ਦੀ ਗਿਣਤੀ ਵਿੱਚ ਹਰ ਸਾਲ ਹਵਾ ਮਹਿਲ ਦੇ ਵਿੱਚ ਸੈਲਾਨੀ ਆਉਂਦੇ ਨੇ ਜੀ। ਬਹੁਤ ਹੀ ਵਧੀਆ ਟੂਰਿਸਟ ਸਪੋਟ ਹੈ, ਇੰਡੀਅਨ ਐਜ਼ ਵੈਲ ਐਜ਼ ਫੋਰਨ ਟੂਰਿਸਟ ਵੀ ਇਸ ਜਗ੍ਹਾ ਨੂੰ ਵਿਜ਼ਿਟ ਕਰਨ ਆਉਂਦੇ ਨੇ ਜੀ। ਬਿਨਾਂ ਨੀਹਾਂ ਤੋਂ ਤਿਆਰ ਇਹ ਹਵਾ ਮਹਿਲ ਹੈ ਜੀ। ਤੁਸੀਂ ਦੇਖ ਸਕਦੇ ਹੋ ਕਿ ਉਸ ਸਮੇਂ ਵੀ ਰਾਜਿਆਂ ਨੇ ਆਪਣੇ ਰਾਣੀਆਂ ਦੇ ਲਈ ਕਿੰਨੇ ਵਧੀਆ ਪ੍ਰਬੰਧ ਕੀਤੇ ਸਨ। ਚਾਹੇ ਉਹ ਪਰਦੇ ਦੇ ਵਿੱਚ ਰਹਿ ਕੇ ਹੀ ਥੱਲੇ ਸਮਾਗਮ ਦੇਖਦੀਆਂ ਸਨ, ਪਰ ਹਰੇਕ ਫੈਸਿਲਿਟੀ ਉਹਨਾਂ ਨੂੰ ਦਿੱਤੀ ਜਾਂਦੀ ਸੀ। ਆਓ ਜੀ ਹੁਣ ਆਪਾਂ ਚੱਲਦੇ ਹਾਂ ਹਵਾ ਮਹਿਲ ਦੇ ਨੈਕਸਟ ਫਲੋਰ ਉੱਪਰ ਜੀ। Nowadays we are using geyser system and cooling system and ਹੁਣ ਆਪਾਂ ਪਹੁੰਚੇ ਹਾਂ ਜੀ ਹਵਾ ਮਹਿਲ ਦੇ ਨੈਕਸਟ ਫਲੋਰ ਉੱਪਰ। ਤੁਸੀਂ ਦੇਖ ਸਕਦੇ ਹੋ ਕਿੰਨੀ ਗ੍ਰੈਂਡ, ਕਿੰਨੀ ਪੁਰਾਣੀ ਤੇ ਕਿੰਨੀ ਸੋਹਣੀ ਬਿਲਡਿੰਗ ਇਹ ਬਣੀ ਹੋਈ ਹੈ ਜੀ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਰਾਜਸਥਾਨ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ, ਇਸ ਲਈ ਉਹਨਾਂ ਉਸ ਸਮੇਂ ਦੇ ਵਿੱਚ ਰਾਜਾ ਜਿਹੜੇ ਸੀਗੇ ਉਹਨਾਂ ਨੇ ਹਵਾ ਮਹਿਲ ਦਾ ਨਿਰਮਾਣ ਕੀਤਾ ਤਾਂ ਕਿ ਰਾਜਸਥਾਨ ਦੇ ਵਿੱਚ ਰਹਿੰਦੇ ਹੋਏ ਵੀ ਰਾਣੀਆਂ ਨੂੰ ਗਰਮੀ ਦਾ ਅਹਿਸਾਸ ਨਾ ਹੋਵੇ, ਕਿਉਂਕਿ ਜਿਹੜੀ ਸਾਰੀ ਹਵਾ ਵੈਂਟੀਲੇਟ ਹੁੰਦੀ ਹੈ ਇਸ ਹਵਾ ਮਹਿਲ ਦੇ ਵਿੱਚ ਕ੍ਰੋਸ ਹੁੰਦੀ ਹੈ ਜੀ। ਆਓ ਚੱਲੀਏ ਜੀ ਹੁਣ ਆਪਾਂ ਹਵਾ ਮਹਿਲ ਦੀ ਸਭ ਤੋਂ ਟੌਪ ਦੀ ਬਿਲਡਿੰਗ ਤੇ ਜੀ। ਇੱਥੋਂ ਆਪਾਂ ਦੇਖ ਸਕਦੇ ਹਾਂ ਰਾਜਸਥਾਨ ਦਾ ਫੁੱਲ ਵਿਊ। ਇਸ ਚਰੋਖਿਆਂ ਤੋਂ ਦੇਖ ਸਕਦੀਆਂ ਸਨ ਰਾਣੀਆਂ, ਥੱਲੇ ਹੁੰਦਾ ਕੋਈ ਵੀ ਜਲੂਸ ਤੇ ਉਸ ਸਿਟੀ ਦਾ ਇੱਥੋਂ ਮਤਲਬ ਰੋਡ ਨੂੰ ਦੇਖ ਸਕਦੀਆਂ ਸਨ ਜੇ ਕੋਈ ਵੀ ਜਲੂਸ ਜਾਂ ਸਮਾਗਮ ਰੋਡ ਸਾਈਡ ਤੇ ਹੁੰਦਾ ਸੀ ਜੀ। ਦੇਖੋ ਜੀ ਕਿੰਨਾ ਸੋਹਣਾ ਹੈ ਜੈਪੁਰ ਸ਼ਹਿਰ, ਪਿੰਕ ਸਿਟੀ। ਜਲ ਮਹਿਲ ਦੇ ਉੱਪਰੋਂ ਜੀ ਆਪਾਂ ਫੋਰਟ ਵੀ ਦੇਖ ਸਕਦੇ ਹਾਂ, ਤੁਸੀਂ ਸਾਹਮਣੇ ਇਸ ਸਾਈਡ ਦੇਖ ਸਕਦੇ ਹੋ, ਇਸ ਸਾਈਡ ਵੀ ਫੋਰਟ ਹੈ ਜੀ। ਸਾਹਮਣੇ ਤੁਸੀਂ ਸਿਟੀ ਪੈਲਸ ਦੇਖ ਸਕਦੇ ਹੋ ਤੇ ਇਸ ਸਾਈਡ ਹੈ ਜੀ ਜੰਤਰ ਮੰਤਰ। ਹਵਾ ਮਹਿਲ ਇੰਨਾ ਉੱਚਾ ਸੀ ਕਿ ਉੱਪਰੋਂ ਜਿਹੜੇ ਰਾਜੇ ਤੇ ਰਾਣੀਆਂ ਹੁੰਦੀਆਂ ਸਨ ਉਹ ਸਨਸੈਟ ਵੀ ਦੇਖ ਲੈਂਦੀਆਂ ਸਨ। ਤੁਸੀਂ ਦੇਖ ਸਕਦੇ ਹੋ ਥੱਲੇ ਹੈ ਬਿਊਟੀਫੁਲ ਪਿੰਕ ਸਿਟੀ ਜੈਪੁਰ। ਹੁਣ ਆਪਾਂ ਜਾ ਰਹੇ ਹਾਂ ਜੀ ਹਵਾ ਮਹਿਲ ਦੇ ਨੀਚੇ ਗਰਾਊਂਡ ਫਲੋਰ ਤੇ। ਹਵਾ ਮਹਿਲ ਦੇ ਵਿੱਚ ਇੱਕ ਗੱਲ ਤੁਸੀਂ ਨੋਟ ਕਰੋਗੇ ਕਿ ਜਿਹੜੇ ਹੋਲਸ ਨੇ ਇਹ ਥੱਲੇ ਦੀ ਸਾਈਡ ਦੇ ਨੇ ਤਾਂ ਕਿ ਜਦੋਂ ਵੀ ਬਾਹਰ ਬਰਸਾਤ ਹੋਵੇ ਤਾਂ ਪਾਣੀ ਅੰਦਰ ਨਾ ਆਵੇ, ਤੇ ਲਾਈਟ ਦੇ ਲਈ ਵੀ ਇਹਨਾਂ ਨੂੰ ਰੱਖਿਆ ਗਿਆ ਸੀ ਤਾਂ ਕਿ। ਆ ਜਗ੍ਹਾ ਰੱਖਿਆ ਗਈਆਂ ਸੀ ਤਾਂ ਕਿ ਇਹਨਾਂ ਵਿੱਚ ਲਾਲਟੇਨ ਉਸ ਸਮੇਂ ਰੱਖੀ ਜਾ ਸਕੇ ਤੇ ਰੋਸ਼ਨੀ ਦਾ ਪੂਰਾ ਪ੍ਰਬੰਧ ਹੋ ਸਕੇ ਜੀ। ਇਹ ਨੇ ਜੀ ਉਹ ਆਲੇ ਜਿਨ੍ਹਾਂ ਦੇ ਵਿੱਚ ਲਾਲਟੇਨ ਵਗੈਰਾ ਰੱਖੀ ਜਾਂਦੀ ਸੀ।
ਜੀ ਹੁਣ ਆਪਾਂ ਚੱਲਦੇ ਹਾਂ ਹਵਾ ਮਹਿਲ ਦੇ ਬਾਹਰ ਜੀ। ਇਹ ਹੈ ਜੀ ਬਾਹਰ ਜਾਣ ਦਾ ਰਸਤਾ। ਇਹ ਵੀ ਜੀ ਹਵਾ ਮਹਿਲ ਦਾ ਇੱਕ ਪਾਰਟ ਹੈ। ਇਹਦੇ ਵਿੱਚ ਪੁਰਾਣੀਆਂ ਮੂਰਤੀਆਂ ਸੰਭਾਲ ਕੇ ਰੱਖੀਆਂ ਹੋਈਆਂ ਨੇ ਜੀ, 17ਵੀਂ ਸ਼ਤਾਬਦੀ ਦੀਆਂ ਇਹ ਮੂਰਤੀਆਂ ਬਣਾਈਆਂ ਹੋਈਆਂ ਨੇ ਜੀ। ਸਤਾਰਵੀਂ ਸ਼ਤਾਬਦੀ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਜਿਹੜਾ ਮਨੁੱਖ ਸੀ ਉਹ ਮਿਊਜ਼ੀਕਲ ਇੰਸਟਰੂਮੈਂਟ ਵਜਾਉਂਦਾ ਸੀ। ਸੰਗੀਤ ਦੇ ਨਾਲ ਆਪਣਾ ਪੁਰਾਣਾ ਰਿਲੇਸ਼ਨ ਹੈ। ਤੁਸੀਂ ਇੱਦਾਂ ਦੀਆਂ ਮੂਰਤੀਆਂ ਹਵਾ ਮਹਿਲ ਦੇ ਵਿੱਚ ਦੇਖ ਸਕਦੇ ਹੋ ਜੀ, ਸੰਗੀਤ ਬਚਾਉਂਦੇ ਹੋਏ। ਸੁਖਾਸਨ ਮੁਦਰਾ ਆਓ ਚੱਲੀਏ ਜੀ ਹੁਣ ਆਪਾਂ ਬਾਹਰ ਨੂੰ ਜੀ। ਮਿਊਜ਼ਿਕ ਐਂਡ ਡਾਂਸ ਪੈਨਲ 10ਵੀਂ ਸ਼ਤਾਬਦੀ ਦੀ ਹੈ। ਇਹ ਤੁਸੀਂ ਦੇਖਦੇ ਹੋ 18ਵੀਂ ਸ਼ਤਾਬਦੀ ਦੀ ਐਲੀਫੈਂਟ ਬਣਿਆ ਹੋਇਆ ਇਹ ਵੀ ਜੀ 17ਵੀਂ ਸ਼ਤਾਬਦੀ ਦੀ ਮੂਰਤੀ ਹੈ ਜੀ। ਇਹਨੂੰ ਸੰਭਾਲ ਕੇ ਰੱਖਿਆ ਹੋਇਆ ਜੀ ਹਵਾ ਮਹਿਲ ਦੇ ਵਿੱਚ ਜੀ। ਇਹ ਹੈ ਜੀ ਐਕਸਿਟ। ਚੱਲਦੇ ਹਾਂ ਜੀ ਹੁਣ ਆਪਾਂ ਬਾਹਰ ਨੂੰ। ਹੁਣ ਆਪਾਂ ਆ ਗਏ ਸੀ ਹਵਾ ਮਹਿਲ ਦੇ ਬਾਹਰ ਜੀ। ਆਪਾਂ ਉਸ ਸਾਈਡ ਤੋਂ ਐਂਟਰੀ ਕੀਤੀ ਸੀ ਹਵਾ ਮਹਿਲ ਦੇ ਵਿੱਚ ਜੀ। ਇਹ ਵੀ ਇੱਕ ਗੇਟ ਬਣਿਆ ਹੋਇਆ ਜਿੱਥੋਂ ਆਪਾਂ ਐਂਟਰੀ ਤੇ ਐਕਸਿਟ ਕਰ ਸਕਦੇ ਹਾਂ ਜੀ। ਆਪਾਂ ਸਭ ਨੇ ਮਿਲ ਕੇ ਜੀ ਹਵਾ ਮਹਿਲ ਨੂੰ ਦੇਖ ਲਿਆ ਹੈ, ਇਸ ਦੇ ਬਾਰੇ ਆਪਾਂ ਸਭ ਕੁਛ ਜਾਣ ਲਿਆ ਹੈ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਜੇਕਰ ਤੁਸੀਂ ਸਾਡੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ। ਆਪਣੇ ਸੋਹਣੇ ਸੋਹਣੇ ਕਮੈਂਟਾਂ ਨਾਲ ਸਾਡਾ ਮੋਟੀਵੇਸ਼ਨਲ ਵਧਾਇਓ ਜੀ। ਤੇ ਹੁਣ ਆਪਾਂ ਮਿਲਾਂਗੇ ਅਗਲੀ ਪਲੇਸ ਤੇ ਨਵੀਂ ਵੀਡੀਓ ਨਾਲ। ਤਦ ਤੱਕ ਲਈ ਜੀ ਬਾਏ। ਹੁਣ ਆਪਾਂ ਐਂਟਰ ਹੋ ਚੁੱਕੇ ਹਾਂ ਜੀ ਜੈਗੜ ਫੋਰਟ ਦੇ ਵਿੱਚ। ਬਹੁਤ ਵੱਡਾ ਕਿਲਾ ਬਣਿਆ ਹੋਇਆ ਜੀ। ਪਹਿਲੇ ਤੋਪ ਦੇਖਣਾ ਫਿਰ ਉਹ ਤਾਂ ਟੈਂਕ ਹੋ ਪਹਿਲੇ।